ਸਵਾਗਤ ਆ ਜੀ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ। ਪਿਛਲੀ ਵੀਡੀਓਜ਼ ਦੇ ਵਿੱਚ ਆਪਾਂ 16 ਕਿਲੋਮੀਟਰ ਲਈ ਚੜ੍ਹਾਈ ਤੈਅ ਕਰਕੇ ਜੀ ਗੋਬਿੰਦ ਧਾਮ ਸਾਹਿਬ ਵਿਖੇ ਪਹੁੰਚੇ ਸੀ ਜੀ। ਇਸ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਦੇ ਦਰਸ਼ਨ ਕਰਾਂਗੇ ਜੀ, ਅਤੇ 6 ਕਿਲੋਮੀਟਰ ਲਈ ਜਿਹੜੀ ਚੜ੍ਹਾਈ ਆ ਜੀ ਅੱਗੇ ਦੀ ਤਪ ਅਸਥਾਨ ਸਾਹਿਬ ਦੀ, ਆਪਾਂ ਉਸ ਨੂੰ ਸ਼ੁਰੂ ਕਰਾਂਗੇ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਇਹ ਹੈ ਜੀ ਮਾਰਕੀਟ ਗੋਬਿੰਦ ਧਾਮ ਵਿਖੇ, ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ। ਇੱਥੋਂ ਆਪਣਾ ਕੁਛ ਖਾਣਾ ਹੋਵੇ ਜਾਂ ਕੋਈ ਲੋੜ ਦਾ ਸਮਾਨ ਲੈਣਾ ਹੋਵੇ ਤਾਂ ਲੈ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ ਜੀ। ਇਸ ਸਾਈਡ 'ਤੇ ਬਣੀ ਹੋਈ ਡਿਸਪੈਂਸਰੀ ਜਿੱਥੋਂ ਆਪਾਂ ਮੈਡੀਕਲ ਫੈਸਿਲਿਟੀਜ਼ ਲੈ ਸਕਦੇ ਹਾਂ। ਸਾਹਮਣੇ ਜੇਕਰ ਆਪਾਂ ਹਾਲ 'ਚ ਰਹਿਣਾ ਹੋਵੇ ਤਾਂ ਆਪਣੀ ਬੁਕਿੰਗ ਕਰਵਾ ਸਕਦੇ ਹਾਂ, ਇੱਥੋਂ ਬੁਕਿੰਗ ਹੁੰਦੀ ਹੈ। ਟਾਈਮਿੰਗ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ। ਇਸ ਸਾਈਡ ਬਣਿਆ ਹੋਇਆ ਜੀ ਜੋੜਾ ਘਰ, ਜਿੱਥੇ ਆਪਾਂ ਆਪਣਾ ਜੋੜਾ ਜਮ੍ਹਾਂ ਕਰਵਾ ਸਕਦੇ ਹਾਂ। ਟਾਈਮਿੰਗ ਤੁਸੀਂ ਆਪਣੀ ਸਕਰੀਨ 'ਤੇ ਨਾਲ ਦੀ ਨਾਲ ਦੇਖ ਸਕਦੇ ਹੋ। ਇਸ ਸਾਈਡ ਹੈ ਜੀ ਲੰਗਰ ਹਾਲ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦ ਦਾ ਪਾਣੀ ਛਕ ਸਕਦੇ ਹਾਂ ਜੀ। ਗੁਰੂ ਕੇ ਲੰਗਰਾਂ ਤੋਂ ਬਾਅਦ ਜੀ ਆਪਾਂ ਚੱਲਾਂਗੇ ਉਸ ਪਵਿੱਤਰ ਰੁੱਖ ਵੱਲ ਜੀ, ਜਿਸ ਵਿੱਚ ਬਾਬਾ ਮੋਦਨ ਸਿੰਘ ਜੀ ਰਹਿੰਦੇ ਹੁੰਦੇ ਸਨ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ। ਸੋਹਣਾ ਉੱਚਾ ਨਿਸ਼ਾਨ ਸਾਹਿਬ ਇਸ ਸਥਾਨ ਉੱਪਰ ਝੂਲਦਾ ਹੋਇਆ ਜੀ। ਇਹ ਆ ਜੀ ਉਹ ਪਵਿੱਤਰ ਰੁੱਖ ਜਿਸ ਵਿੱਚ ਬਾਬਾ ਮੋਦਨ ਸਿੰਘ ਜੀ ਰਹਿੰਦੇ ਸਨ ਜੀ। ਬਾਬਾ ਮੋਦਨ ਸਿੰਘ ਜੀ ਨੇ ਜੀ 10ਵੇਂ ਪਾਤਸ਼ਾਹ ਦੁਸ਼ਟ ਦਮਨ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਤਪ ਅਸਥਾਨ ਦੀ ਖੋਜ ਕੀਤੀ ਸੀ ਜੀ। ਇਹ ਆ ਜੀ ਉਹ ਪਵਿੱਤਰ ਰੁੱਖ ਆਪਾਂ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਹਾਂ ਜੀ। 100 ਰੁਪਿਆ ਬੰਦੇ ਨੇ ਵੀਰ ਮਾਲਿਸ਼ ਕਰਨ ਦਾ, ਇਹ ਵੀ ਕਰਾ ਲੈਣੀ ਚਾਹੀਦੀ, ਲੱਤਾਂ ਦੁੱਖਣ ਜਾਣਾ ਦੁੱਖਣ, ਬੰਦਿਆਂ ਦਾ ਵੀ ਕੰਮ ਕਾਰ ਚੱਲਦਾ ਰਹਿੰਦਾ ਯਾਰ, ਕੋਈ ਫਰਕ ਨਹੀਂ ਪੈਂਦਾ ਹੈਗਾ। ਗੋਬਿੰਦ ਧਾਮ ਵਿਖੇ ਅਸੀਂ ਲਿਆ ਜੀ ਇਸ ਹੋਟਲ ਦੇ ਵਿੱਚ ਰੂਮ, ਹੋਟਲ ਸ਼੍ਰੀ ਨੰਦਾ ਲੋਕਪਾਲ ਪੈਲਸ, ਅਤੇ ਇਹ ਹੈ ਜੀ ਰਿਸੈਪਸ਼ਨ। ਇੱਥੋਂ ਆਪਾਂ ਮਤਲਬ ਕੁਝ ਖਾਣ ਨੂੰ ਲੈਣਾ ਹੋਵੇ ਤਾਂ ਉਹ ਵੀ ਲੈ ਸਕਦੇ ਹਾਂ, ਅਤੇ ਰੂਮ ਸੀ ਬੁਕਿੰਗ ਵੀ ਇੱਥੇ ਕੀਤੀ ਜਾਂਦੀ ਹੈ।
ਥੱਲੇ ਰੈਸਟੋਰੈਂਟ ਹੈ, ਸਿਟਿੰਗ ਏਰੀਆ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਉੱਪਰ। ਇਸ ਸਾਈਡ ਸਟੇਅਰਸ ਨੇ ਅਤੇ ਇੱਥੋਂ ਆਪਾਂ ਉੱਪਰ ਰੂਮਸ ਵੱਲ ਜਾ ਸਕਦੇ ਹਾਂ। ਇੱਥੇ ਰੂਮਸ ਅਤੇ ਉਹਨਾਂ ਦੇ ਫਲੋਰ ਲਿਖੇ ਹੋਏ ਨੇ। ਆਓ ਚੱਲਦੇ ਹਾਂ ਉੱਪਰ ਨੂੰ ਜੀ। ਅਤੇ ਇੱਥੇ ਤੁਹਾਡਾ ਵੇਟਿੰਗ ਹਾਲ ਹੈ। ਇਸ ਦੇ ਵਿੱਚ ਅਗਰ ਅਸੀਂ ਮਾਲਿਸ਼ ਵੀ ਕਰਾਉਣੀ ਹੋਵੇ ਤਾਂ ਇਹ ਵੀ ਮਾਲਿਸ਼ ਮੁਹੱਈਆ ਕਰਵਾ ਦਿੰਦੇ ਨੇ, 50 ਰੁਪਏ ਪਰ ਪਰਸਨ ਦੇ ਲੈਂਦੇ ਨੇ। ਅਤੇ ਜਦੋਂ ਅਸੀਂ ਉੱਪਰ ਆਉਂਦੇ ਹਾਂ ਕਈ ਵਾਰ ਆਪਣੀਆਂ ਲੱਤਾਂ ਦੁਖਣ ਲੱਗ ਜਾਂਦੀਆਂ ਨੇ, ਤਾਂ ਫਿਰ ਆਪਾਂ ਮਾਲਿਸ਼ ਵੀ ਇਸ ਜਗ੍ਹਾ ਦੇ ਉੱਪਰ ਕਰਾ ਸਕਦੇ ਹਾਂ। ਆਓ ਤੁਹਾਨੂੰ ਆਪਣਾ ਰੂਮ ਦਿਖਾਉਂਦੇ ਹਾਂ। ਅਤੇ ਰੇਟ ਦੀ ਗੱਲ ਕਰੀਏ ਤਾਂ ਰੇਟ ਇੱਥੇ ਵੈਸੇ ਤਾਂ 2000 ਰੁਪਏ ਹੈ, ਪਰ ਅਸੀਂ ਯੂਟਿਊਬ ਚੈਨਲ ਰਨ ਕਰਦੇ ਹਾਂ, ਵਲੋਗਿੰਗ ਕਰਦੇ ਹਾਂ, ਇਸ ਕਰਕੇ ਸਾਨੂੰ 1000 ਰੁਪਏ ਦੇ ਵਿੱਚ ਕਮਰਾ ਮਿਲਿਆ ਜੀ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ। ਅਤੇ ਵੀਡੀਓ 'ਚ ਕਿਵੇਂ ਲੱਗ ਰਹੀ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ। ਆਓ ਚੱਲੀਏ ਰੂਮ ਵੱਲ। ਰੂਮ ਨੰਬਰ 504 ਹੈ ਜੀ। ਡਬਲ ਬੈੱਡ ਦਾ ਜੀ ਇਹ ਰੂਮ ਹੈ, ਦੇਖੋ ਸਾਹਮਣੇ ਡਬਲ ਬੈੱਡ ਲੱਗਿਆ ਹੋਇਆ। ਅਤੇ ਇਸ ਕਮਰੇ ਦੇ ਵਿੱਚ ਤੁਸੀਂ ਦੇਖੋ ਪੱਖਾ ਵੀ ਹੈ ਨਹੀਂ, ਇੱਕ ਵਾਸ਼ਰੂਮ ਅਟੈਚ ਹੈ ਇਸ ਦੇ ਨਾਲ। ਬਹੁਤ ਜ਼ਿਆਦਾ ਠੰਡ ਹੈ, ਪੱਖੇ ਵੀ ਨਹੀਂ ਹੈਗੇ ਇਸ ਕਮਰੇ 'ਚ। ਸਵੇਰ ਦੇ ਜੀ 4:30 ਤੋਂ 5 ਵਜੇ ਦਾ ਟਾਈਮ ਆ, ਅਤੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਯਾਤਰਾ ਤਪ ਅਸਥਾਨ ਦੁਸ਼ਟ ਦਮਨ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੀ, ਜਿਹੜੀ 6 ਕਿਲੋਮੀਟਰ ਵਾਲੀ ਚੜ੍ਹਾਈ ਆ। ਹੁਣ ਆਪਾਂ ਸ਼ੁਰੂ ਕਰਾਂਗੇ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ। ਜਿਹੜੀ 6 ਕਿਲੋਮੀਟਰ ਵਾਲੀ ਚੜ੍ਹਾਈ ਹੈ ਜੀ, ਸਿੱਧੀ ਚੜ੍ਹਾਈ ਆ ਇਹ, ਅਸੀਂ ਤਕਰੀਬਨ 2 ਕਿਲੋਮੀਟਰ ਤੋਂ ਉੱਪਰ ਚੜ੍ਹਿਆ ਹਾਂ। ਜਿਹੜੀ ਰਸਤਾ ਥੋੜ੍ਹਾ ਟਫ ਆ ਇਹ, ਜੇ ਕਿਸੇ ਨੇ ਘੋੜਾ ਵਗੈਰਾ ਕਰਨਾ ਹੋਵੇ ਤਾਂ ਕਰ ਸਕਦਾ ਆ। ਰਾਹ ਦੇ ਵਿੱਚ ਸਟੋਪਸ ਵੀ ਕੋਈ ਨਹੀਂ ਆਉਂਦਾ, ਬੈਠਣ ਲਈ ਬੈਂਚ ਲੱਗੇ ਹੋਏ ਨੇ ਬਸ, ਅਤੇ ਇੱਕ ਸ਼ੋਪ ਆਉਂਦੀ ਆ ਬਸ ਰਸਤੇ ਦੇ ਵਿੱਚ, ਉਸ ਜਗ੍ਹਾ ਖੜ੍ਹ ਕੇ ਤੁਸੀਂ ਚਾਹ ਪਾਣੀ ਪੀਣਾ ਪੀ ਸਕਦੇ ਹੋ ਜੀ। ਬਣੇ ਰਹੋ ਪੂਰੀ ਪੂਰੀ ਦਿਨ ਤੱਕ ਸਾਡੇ ਨਾਲ ਜੀ। ਆਪਾਂ ਜੀ ਜਦੋਂ ਸਵੇਰੇ ਮੋਰਨਿੰਗ ਟਾਈਮ ਯਾਤਰਾ ਸ਼ੁਰੂ ਕੀਤੀ ਸੀ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਜੀ, ਉਸ ਵੇਲੇ ਪੂਰਾ ਹਨੇਰਾ ਸੀ ਅਤੇ ਇਸ ਸਮੇਂ ਸਨਰਾਈਜ਼ ਹੋ ਗਿਆ ਆ, ਬਰਫ਼ ਪੂਰੀ ਚਮਕ ਰਹੀ ਆ, ਬਹੁਤ ਸੋਹਣਾ ਮੌਸਮ ਆ ਜੀ। ਜ਼ਿੰਦਗੀ 'ਚ ਮੌਕਾ ਲੱਗਿਆ ਤਾਂ ਇੱਕ ਵਾਰ ਦਰਸ਼ਨ ਕਰਨ ਜ਼ਰੂਰ ਆਇਓ ਜੀ। ਸਾਹਮਣੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਾਟਰਫਾਲ ਹੈ, ਅਤੇ ਨਾਲ ਹੀ ਗਲੇਸ਼ੀਅਰ ਨੇ, ਬਰਫ਼ ਨਾਲ ਅੱਧੇ ਪਹਾੜ ਨੇ। ਸਾਹਮਣੇ ਹਿਮਕੁੰਡ ਸਾਹਿਬ ਆ, ਸਾਹਮਣੇ ਜੀ ਹਿੰਦੁਸਤਾਨ ਮਹਾਰਾਜ ਦਾ ਜੀ, ਸਾਹਮਣੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ। ਤਕਰੀਬਨ ਜੀ 4 ਕਿਲੋਮੀਟਰ ਦੇ ਲਗਭਗ ਆਪਾਂ ਚੜ੍ਹਾਈ ਚੜ੍ਹਿਆ ਆਏ ਹਾਂ, ਅਤੇ ਪਿੱਛੇ ਵੀਡੀਓ 'ਚ ਤੁਸੀਂ ਦੇਖਿਆ ਆ ਝਰਨਾ ਵਗਦਾ ਆ, ਅਤੇ ਉਹਦੇ ਉੱਪਰ ਤਪ ਅਸਥਾਨ ਦੇ ਦਰਸ਼ਨ ਵੀ ਹੁੰਦੇ ਨੇ ਜੀ। ਜਾਨੀ ਚੜ੍ਹਾਈ ਇਹ ਸਿੱਧੀ ਆ, ਪਰ ਆਪਾਂ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀ, ਜਦੋਂ ਅਸੀਂ ਆਪਾਂ ਉਸ ਪਰਮਾਤਮਾ ਉਸ ਵਾਹਿਗੁਰੂ ਦਾ ਨਾਮ ਜਪਦੇ ਹੋਏ ਜੀ ਇਸ ਸਫ਼ਰ ਨੂੰ ਤੈਅ ਕਰਦੇ ਹਾਂ,
ਤਾਂ ਕੋਈ ਵੀ ਔਖਾ ਨਹੀਂ ਲੱਗਦਾ। ਥੋੜ੍ਹਾ ਬਹੁਤ ਸਾਹ ਜ਼ਰੂਰ ਫੁੱਲਦਾ ਆ, ਪਰ ਪਰਮਾਤਮਾ ਕਿਰਪਾ ਕਰਦਾ ਆ ਜੀ, ਅਤੇ ਬੰਦੇ ਚੜ੍ਹਾਈਆਂ ਚੜ੍ਹਦੇ ਜਾਂਦੇ ਨੇ ਜੀ, ਕੋਈ ਔਖਿਆਈ ਨਹੀਂ ਆਉਂਦੀ ਕੋਈ ਵੀ ਰਸਤੇ ਦੇ ਵਿੱਚ। ਸਭ ਕਿਵੇਂ ਆ ਵੀ, ਸਭ ਨੇ ਪਹਿਲੀ ਵਾਰ ਚੜ੍ਹਾਈ ਚੜ੍ਹ ਰਿਹਾ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ, ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ, ਸਾਡੇ ਚੈਨਲ 'ਤੇ ਨਵੇਂ ਤਾਂ ਜ਼ਰੂਰ ਸਬਸਕ੍ਰਾਈਬ ਕਰਿਓ।